ਬ੍ਰੇਕ ਤੋਂ ਬਾਅਦ ਸਾਰਿਆਂ ਦਾ ਸਵਾਗਤ ਕਰਦੇ ਹਾਂ। ਅਸੀਂ ਵਿਚਾਰ ਕਰ ਰਹੇ ਹਾਂ, ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਹੈ, ਜਿਸ ਨੇ ਇੱਕ ਸਵਾਲ ਵੱਡਾ ਖੜਾ ਕਰ ਦਿੱਤਾ ਹੈ ਕਿ ਕਿਉਂ ਸਟੋਰੇਜ, ਯਾਨੀ ਕਿ ਇਸ ਸਟੋਰ ਦੇ ਵਿੱਚ ਜਿਹੜਾ ਅਨਾਜ ਸਟੋਰ ਕੀਤਾ ਗਿਆ ਹੈ ਉਹਨੂੰ, ਇਸ ਤਿਰਪਾਲ ਨੂੰ ਕਿਉਂ ਹਟਾਇਆ ਗਿਆ। ਜੇਕਰ ਇਹ ਤਿਰਪਾਲ ਹਟਾਈ ਜਾਂਦੀ ਹੈ ਤਾਂ ਅਨਾਜ ਭਿੱਜਦਾ, ਖਰਾਬ ਹੁੰਦਾ, ਸੜਦਾ, ਉਸ ਤੋਂ ਬਾਅਦ ਸਰਕਾਰਾਂ ਨੂੰ ਕੀ ਫਾਇਦਾ ਹੁੰਦਾ, ਜਿਹੜੀਆਂ ਹੋਰ ਏਜੰਸੀ ਹੈ ਉਹਨਾਂ ਨੂੰ ਕੀ ਫਾਇਦਾ ਹੁੰਦਾ। ਅਤੇ ਕੰਕਲੂਜਨ ਪ੍ਰੋਫੈਸਰ ਮਨਜੀਤ ਸਿੰਘ, ਜੋ ਕਿ ਐਗਰੀਕਲਚਰ ਐਕਸਪਰਟ ਸੀ, ਉਹਨਾਂ ਨੇ ਕੱਢਿਆ ਕਿ ਕਿੱਥੇ ਨਾ ਕਿੱਥੇ ਇਹ ਬਹੁਤ ਵੱਡਾ ਰੈਕਿਟ ਹੈ ਜੋ ਇਸ ਗੱਲ ਨੂੰ ਅਮਲੀ ਜਾਮਾ ਪਹਿਨਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਅਨਾਜ ਖਰਾਬ ਹੋਏਗਾ ਤਾਂ ਸਾਡੀ ਜੇਬਾਂ ਭਰਨਗੀਆਂ। ਇੰਨੇ ਸਾਲ ਹੋ ਗਏ, ਅੱਜ ਤੱਕ ਕਿਉਂ ਨਹੀਂ ਸਰਕਾਰ ਇੱਕ ਸਿਸਟਮ ਨੂੰ ਲਾਗੂ ਕਰ ਸਕੀ, ਇੱਕ ਅਜਿਹੇ ਸਟੋਰੇਜ ਸਟੋਰਸ ਨੂੰ ਨਾ ਬਣਾ ਸਕੀ, ਤੁਹਾਨੂੰ ਕੀ ਕਾਰਨ ਲੱਗਦੇ ਹਨ? ਤੁਹਾਨੂੰ ਲੱਗਦਾ ਕਿ ਵਾਕਈ ਹੀ ਇਹ ਕੋਈ ਰੈਕਿਟ ਹੈ? ਮੈਂ ਚਾਹਾਂਗਾ ਕਿ ਜਿਹੜੇ ਐਗਰੀਕਲਚਰ ਐਕਸਪਰਟ ਨੇ, ਜਿਹੜੇ ਖੇਤੀ ਨੂੰ ਜਾਣਦੇ ਨੇ, ਜੋ ਕਿ ਇਸ ਟਾਈਮ ਸਾਡਾ ਪ੍ਰੋਗਰਾਮ ਵੇਖ ਰਹੇ ਨੇ, ਉਹ ਮੈਨੂੰ ਜ਼ਰੂਰ ਹੇਠ ਲਿਖੇ ਨੰਬਰ ਦੇ ਉੱਤੇ ਕਾਲ ਕਰਨ, ਔਰ ਸਾਨੂੰ ਕਾਲਸ ਆਉਣੀਆਂ ਵੀ ਸ਼ੁਰੂ ਹੋ ਚੁੱਕੀਆਂ ਹਨ। ਸਤਿ ਸ਼੍ਰੀ ਅਕਾਲ ਜੀ, ਹੈਲੋ, ਤੁਸੀਂ ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਰਕੀਰਤ ਸਿੰਘ ਜੀ, ਗੁਰਦੇਵ ਸਿੰਘ ਭੋਗਲ ਯੂਕੇ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੋਗਲ ਜੀ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਬੜਾ ਵਿਸ਼ਾ ਤੁਸੀਂ ਲਿਆਂਦਾ। ਜੀ 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 ਜੀ। ਤੇ ਹਰਕੀਰਤ ਸਿੰਘ ਜੀ, ਮੈਂ ਚਲੋ ਸਮਾਂ ਵੀ ਥੋੜਾ ਰਹਿ ਜਾਂਦਾ ਫਿਰ ਕਈ ਵਾਰੀ ਤੁਹਾਡੇ ਗੈਸਟ ਜਦੋਂ ਆਉਂਦੇ ਨੇ, ਚਲੋ ਗੱਲ ਤੇ ਜਿਹੜੀ ਕਰਨੀ ਉਹ ਤੇ ਕਰਨੀ ਪੈਂਦੀ ਹੈ ਨਾ। ਜੀ ਜੀ ਜੀ। ਭੋਗਲ ਜੀ ਕੀ ਕਹਿਣਾ ਚਾਹੋਗੇ? ਮੈਂ ਕਹਿਣਾ ਚਾਹੁੰਦਾ ਵੀ ਕਿਸੇ ਦੀ ਰੋਜ਼ੀ ਰੋਟੀ ਖੋਣੀ, ਕਿਸੇ ਦਾ ਜਾਣ ਬੁੱਝ ਕੇ ਬੁਰਾ ਕਰਨਾ, ਇਸ ਤੋਂ ਵੱਡਾ ਕੋਈ ਪਾਪ ਨਹੀਂ ਹੋ ਸਕਦਾ, ਇਸ ਤੋਂ ਵੱਡਾ ਕੋਈ ਅਪਰਾਧ ਨਹੀਂ ਹੋ ਸਕਦਾ, ਇਸ ਤੋਂ ਵੱਡਾ ਕੋਈ ਗੁਨਾਹ ਨਹੀਂ ਹੋ ਸਕਦਾ। ਜੀ ਜੀ। ਤੁਸੀਂ ਕਈ ਵਾਰੀ ਮੁੱਦਾ ਉਠਾਇਆ ਆਪਣੇ ਆਪਣੀ ਗੱਲਾਂ ਕਰਦੇ ਕਰਦੇ ਨੇ, ਵੀ ਇੱਧਰ ਨੂੰ ਲੋਕ ਜਿਹੜੇ ਜ਼ਿੰਮੇਵਾਰ ਲੋਕ ਨੇ ਅਹੁਦੇਦਾਰ ਨੇ, ਉਹ ਮੁੱਦਾ ਕਿਉਂ ਨਹੀਂ ਉਠਾਉਂਦੇ? ਤੁਸੀਂ ਕਈ ਵਾਰੀ ਇਹ ਗੱਲ ਕੀਤੀ ਆ, ਉਹ ਇਸ ਕਰਕੇ ਨਹੀਂ ਉਠਾਉਂਦੇ ਹਰਕੀਰਤ ਸਿੰਘ, ਉਹ ਇਸ ਕਰਕੇ ਨਹੀਂ ਕਿਉਂਕਿ ਪਾਪੀ ਲੋਕ ਜਿਹੜੇ ਹੁੰਦੇ ਨੇ ਉਹਨਾਂ ਨੂੰ ਪਾਪ ਬੜਾ ਚੰਗਾ ਲੱਗਦਾ। ਜੀ 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 ਜੀ। ਗੁਰਬਾਣੀ ਦੀ ਰੋਸ਼ਨੀ 'ਚ ਮੈਂ ਗੱਲ ਕਰਨ ਲੱਗਾ, ਵੀ ਮਹਾਰਾਜ ਕਹਿੰਦੇ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਵੀ ਪਾਪ ਬੁਰਾ ਪਾਪੀ ਕੋ ਪਿਆਰਾ, ਪਾਪੀ ਲੋਕਾਂ ਨੂੰ ਪਾਪ ਬਹੁਤ ਪਿਆਰਾ ਲੱਗਦਾ, ਜਿਹੜੇ ਧਰਮੀ ਲੋਕ ਨੇ ਤੁਹਾਡੇ ਵਰਗੇ ਸਾਡੇ ਵਰਗੇ ਆਮ ਲੋਕ ਉਹਨਾਂ ਨੂੰ ਪਿਆਰਾ ਨਹੀਂ ਲੱਗਦਾ, ਪਾਪੀਆਂ ਨੂੰ ਪਾਪ ਹਮੇਸ਼ਾ ਪਿਆਰਾ ਲੱਗਦਾ, ਪਰ ਗੁਰੂ ਨਾਨਕ ਪਾਤਸ਼ਾਹ ਅੱਗੇ ਜਾ ਕੇ ਫੈਸਲਾ ਦਿੰਦੇ ਨੇ, ਜਿਹੜੇ ਇਸ ਤਰ੍ਹਾਂ ਦੇ ਪਾਪੀ ਲੋਕ ਪਾਪ ਕਮਾਉਂਦੇ ਨੇ ਉਹਨਾਂ ਦਾ ਕੀ ਹਾਲ ਹੁੰਦਾ, ਫੈਸਲਾ ਦਿੰਦੇ ਨੇ ਗੁਰੂ ਨਾਨਕ ਪਾਤਸ਼ਾਹ ਜਦੋਂ ਕਹਿੰਦੇ ਨੇ ਪਾਪੀ ਕੇ ਮਾਰਨ ਕੋ ਪਾਪ ਮਹਾਬਲੀ ਹੈ। ਇਹਦਾ ਮਤਲਬ ਇਹ ਹੈ ਵੀ ਜਿਹੜੇ ਪਾਪੀ ਲੋਕ ਪਾਪ ਕਰਦੇ ਨੇ ਉਹਨਾਂ ਦੇ ਆਪਣੇ ਪਾਪ ਹੀ ਉਹਨਾਂ ਨੂੰ ਲੈ ਕੇ ਬਹਿ ਜਾਂਦੇ ਨੇ। ਫਿਰ ਓੜਕ ਕੂੜ ਖੋਟੇ ਨਾਨਕਾ ਓੜਕ ਸੱਚ ਰਹੀ, ਇਹ ਵੀ ਇੱਥੇ ਗੱਲ ਟੁੱਕਦੀ ਆ। ਇਹ ਜਿਹੜਾ ਤੁਸੀਂ ਮੁੱਦਾ ਉਠਾਉਂਦੇ ਹੋ ਨਾ ਵੀ ਕਿਉਂ ਨੀ ਕਰਦੇ, ਕਿਉਂਕਿ ਇਹ ਲੋਕ ਪਾਪੀ ਲੋਕ ਨੇ, ਇਹ ਪਾਪ ਕਮਾਉਣਾ ਇਹਨਾਂ ਦਾ ਕੰਮ ਹੁੰਦਾ, ਇਹ ਤਾਂ ਨੀ ਉਧਰ ਨੂੰ ਜਾਂਦੇ ਨੇ ਕਿਉਂਕਿ ਪਾਪੀ ਜੂ ਨੇ। ਜੀ 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 ਜੀ। ਤੇ ਲਓ ਮੈਂ ਦੋ ਚਾਰ ਲਾਈਨਾਂ ਬੋਲਣੀਆਂ ਚਾਹੁੰਦਾ, ਅੱਧਾ ਕੁ ਮਿੰਟ ਮਸਾ ਲੱਗਣਾ। ਜੀ 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 ਜੀ। 30 ਸਕਿੰਟ ਤੁਸੀਂ ਅੱਗੇ ਦਿੰਦੇ ਹੁੰਦੇ ਸੀਗੇ, 30 ਸਕਿੰਟੇ ਲੱਗਣੇ ਮੈਨੂੰ ਲੱਗਦਾ। ਹਰਕੀਰਤ ਸਿੰਘ ਲਿਖਿਆ ਵੀ ਪਾਪ ਕਰਨਾ ਹੀ ਪਾਪੀਆਂ ਦਾ ਕੰਮ ਹੁੰਦਾ, ਪਾਪ ਕਰਨਾ ਹੀ ਪਾਪੀਆਂ ਦਾ ਕੰਮ ਹੁੰਦਾ, ਪੁੰਨ ਕਰਮ ਤੋਂ ਪਾਸੇ ਰਹਿਣ ਪਾਪੀ, ਉਹ ਆਪਣੇ ਬੁਰੇ ਨੂੰ ਭਲੇ ਦਾ ਨਾਂ ਦਿੰਦੇ, ਹੋਰਾਂ ਦੇ ਭਲੇ ਨੂੰ ਬੁਰਾ ਕਹਿਣ ਪਾਪੀ। ਮੈਂ ਡੈਫੀਨੇਸ਼ਨ ਦੇਣ ਲੱਗਾ ਪਾਪੀਆਂ ਦੀ, ਵੀ ਆਪਣੇ ਪਾਪ ਹੀ ਭਾਵੇਂ ਰਹਿਣ ਡੰਗ ਦੇ, ਆਪਣੇ ਪਾਪ ਹੀ ਭਾਵੇਂ ਰਹਿਣ ਡੰਗ ਦੇ, ਫਿਰ ਵੀ ਪਾਪ ਦਾ ਕਰਨ ਸਤਿਕਾਰ ਪਾਪੀ, ਉਹ ਪਾਪ ਨਾਲੋਂ ਨਾ ਬੁਰੀ ਸ਼ੈ ਕੋਈ, ਪਾਪ ਨਾਲ ਹੀ ਕਰਨ ਪਿਆਰ ਪਾਪੀ, ਯਾਰੋ ਪਾਪ ਨਾਲ ਹੀ ਕਰਨ ਪਿਆਰ ਪਾਪੀ। ਆਖਰੀ ਚਾਰ ਲਾਈਨਾਂ ਬੋਲ ਕੇ ਸਮਾਪਤੀ ਆ ਜੀ। ਲਿਖਿਆ ਬਈ ਬੇਗੁਨਾਹਾਂ ਤੇ ਜ਼ਬਰ ਜ਼ੁਲਮ ਕਰਕੇ, ਆ ਤੁਸੀਂ ਜਿਹੜਾ ਦਿਖਾ ਰਿਹਾ ਇਹ ਜ਼ਬਰ ਜ਼ੁਲਮ ਨਹੀਂ ਤੇ ਹੋਰ ਕੀ ਹੈ ਇਹ? ਬੇਗੁਨਾਹਾਂ ਤੇ ਜ਼ਬਰ ਤੇ ਜ਼ੁਲਮ ਕਰਕੇ ਬੁਨਿਆਦੀ ਹੱਕ ਵੀ ਉਹਨਾਂ ਦੇ ਖੋਣ ਪਾਪੀ, ਉਹ ਇਸ ਗੱਲ ਨੂੰ ਮੰਨੇ ਜੱਗ ਸਾਰਾ, ਇੱਥੋਂ ਜਾਂਦਿਆਂ ਤਾਂ ਹੀ ਰੋਣ ਪਾਪੀ। ਇਹ ਉਧਰ ਇਹ ਗੱਲ ਸੋਚਦੇ ਨੇ ਕਿਉਂਕਿ ਇਹ ਮਾਇਆ ਧਾਰੀ ਹੋ ਚੁੱਕੇ ਨੇ। ਬੇਗੁਨਾਹਾਂ ਤੇ, ਬਹੁਤ ਸ਼ੁਕਰੀਆ, ਬੇਗੁਨਾਹਾਂ ਤੇ ਜ਼ਬਰ ਜ਼ੁਲਮ ਕਰਕੇ ਬੁਨਿਆਦੀ ਹੱਕ ਵੀ ਉਹਨਾਂ ਦੇ ਖੋਣ ਪਾਪੀ, ਉਹ ਇਸ ਗੱਲ ਨੂੰ ਮੰਨੇ ਜੱਗ ਸਾਰਾ, ਇੱਥੋਂ ਜਾਂਦਿਆਂ ਤਾਂ ਹੀ ਰੋਣ ਪਾਪੀ। ਬਈ ਸੂਈ ਧਾਗੇ ਦਾ ਕਦੇ ਨਾ ਕੰਮ ਕੀਤਾ, ਸੂਈ ਧਾਗੇ ਦਾ ਕਦੇ ਨਾ ਕੰਮ ਕੀਤਾ, ਕੰਮ ਕੈਂਚੀ ਦਾ ਸਦਾ ਨਿਭਾਉਣ ਪਾਪੀ, ਉਹ ਘਰ ਭਗਵਾਨ ਦੇ ਨਹੀਂ ਅੰਧੇਰ ਭੋਗਲ, ਕੀਤਾ ਆਪਣਾ ਓੜਕ ਨੂੰ ਪਾਉਣ ਪਾਪੀ।
ਆਉਂਦੇ ਨਹੀਂ ਅੰਧੇਰ ਭੋਗਲ ਕੀਤਾ ਆਪਣਾ ਓੜਕ ਨੂੰ ਪਾਉਣ ਪਾਪੀ ਯਾਰੋ ਕੀਤਾ ਆਪਣਾ ਓੜਕ ਨੂੰ ਪਾਉਣ ਪਾਪੀ ਇਹ ਗੁਰੂ ਨਾਨਕ ਪਾਤਸ਼ਾਹ ਦਾ ਫੈਸਲਾ ਹਰਕੀਰਤ ਸਿੰਘ ਜੀ 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 ਇਹਨਾਂ ਲੋਕਾਂ ਨੂੰ ਚੇਤਾ ਭੁੱਲ ਜਾਂਦਾ ਕਿਉਂਕਿ ਮਾਇਆ ਧਾਰੀ ਜੂ ਹੋਏ ਮਾਇਆ 24 ਘੰਟੇ ਮਾਇਆ ਮਾਇਆ ਇਕੱਠੀ ਕਰਨ ਦੀ ਸੋਚਦੇ ਨੇ ਉਹਨੂੰ ਮਾਇਆ ਧਾਰੀ ਕਹਿੰਦੇ ਨੇ ਮਾਇਆ ਧਾਰੀ ਮੈਨੇ ਅਮੀਰ ਨਹੀਂ ਹੁੰਦਾ ਮਾਇਆ ਧਾਰੀ ਉਹ ਹੁੰਦਾ ਜਿਹੜਾ 24 ਘੰਟੇ ਮਾਇਆ ਇਕੱਠੀ ਕਰਨ ਦੀ ਸੋਚਦਾ ਹੋਵੇ ਇਹ ਮਾਇਆ ਧਾਰੀ ਬਣ ਚੁੱਕੇ ਨੇ ਹਾਲਾਂਕਿ ਸਿੱਖਾਂ ਨੂੰ ਬਣਨਾ ਨਹੀਂ ਚਾਹੀਦਾ ਜਿਹੜੇ ਗੁਰੂ ਨਾਨਕ ਦੇ ਸਿੱਖ ਨੇ ਉਹ ਇਹ ਮਾਇਆ ਧਾਰੀ ਨਹੀਂ ਬਣਦੇ ਉਹ ਕਿਰਤੀ ਬਣਦੇ ਨੇ ਹਮੇਸ਼ਾ ਕਰੈਕਟ ਬਹੁਤ ਬਹੁਤ ਧੰਨਵਾਦ ਭੋਗਲ ਜੀ ਇਸ ਤਰੀਕੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਥੈਂਕ ਯੂ ਵੈਰੀ ਮੱਚ ਭੋਗਲ ਜੀ ਬਹੁਤ ਸੋਹਣਾ ਤੁਸੀਂ ਲਿਖਿਆ ਔਰ ਬਹੁਤ ਵਧੀਆ ਤਰੀਕੇ ਨਾਲ ਸਮਝਾਉਣ ਦੀ ਆਪਣੇ ਜਿਸ ਤਰੀਕੇ ਨਾਲ ਤੁਸੀਂ ਲਿਖਦੇ ਹੋ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹੋ ਬਹੁਤ ਬਹੁਤ ਧੰਨਵਾਦ ਮੇਰੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਉਹ ਕੀ ਕਹਿਣਾ ਚਾਹੁੰਦੇ ਆ ਹੈਲੋ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਮਨਜਿੰਦਰ ਬੋਲ ਰਿਹਾ ਜੀ ਇਟਲੀ ਤੋਂ ਜੀ ਮਨਜਿੰਦਰ ਜੀ ਠੀਕ ਹੋ ਕੀ ਕਹਿਣਾ ਚਾਹੋਗੇ ਹਾਂਜੀ ਮੈਂ ਇਹ ਕਹਿਣਾ ਚਾਹੂੰਗਾ ਜੀ ਇਹ ਜਿਹੜਾ ਤੁਸੀਂ ਕਹਿ ਰਹੇ ਨਾ ਕਿ 20 ਰੁਪਏ ਦੀ ਬੋਰੀ ਜਿਹੜੀ ਇਹ ਆਪਣੇ 20 ਰੁਪਏ ਕਿਲੋ ਵਾਲੀ ਕਣਕ 2 ਰੁਪਏ ਚ ਵੇਚਣੀ ਹੈ ਨਾ ਇਹ ਨਹੀਂ ਗਾ ਇਹਨਾਂ ਦਾ ਕੁਛ ਸਟੋਰ ਆ ਜੀ ਰੈਕਟ ਇਹਨਾਂ ਦਾ ਇਹ ਹੁੰਦਾ ਕਿ ਜਿੱਦਾਂ ਤੁਹਾਨੂੰ ਇਹ ਸਾਨੂੰ ਆਪਾਂ ਨੂੰ ਸੰਗਤ ਨੂੰ ਦਿਖਾਲਣੀ ਇਹ ਹੈ ਕਿ ਸਾਡੀ 5000 ਬੋਰੀ ਗਲ ਗਈ ਲੇਕਿਨ ਇਹ ਬਹੁਤ ਵੱਡੇ ਰੈਕਟ ਹੁੰਦੇ ਆ ਇਹ ਆਮ ਆਪਣੇ ਸਮਝਣ ਤੋਂ ਬਹੁਤ ਬਾਹਰ ਦੇ ਰੈਕਟ ਹੁੰਦੇ ਆ ਇਹਦੇ ਚ ਏ ਟੂ ਜ਼ੈਡ ਉੱਪਰੋਂ ਲੈ ਕੇ ਥੱਲੇ ਤੱਕ ਸਭ ਮਿਲੇ ਹੁੰਦੇ ਆ ਇਸ ਕਰਕੇ ਇਹਦੇ ਵਿੱਚ ਸਾਰੇ ਮਿਲੇ ਹੁੰਦੇ ਆ ਕੋਈ ਇਹ ਆਪਾਂ ਕਹੀਏ ਨਾ ਵੀ ਇਹ ਮੰਤਰੀ ਜਿਹੜੇ ਇਹਦੇ 600% ਇਹਨਾਂ ਦੀ ਪ੍ਰੋਪਰਟੀ ਵੱਧ ਜਾਂਦੀ ਨਾ ਇੱਕ ਵਾਰੀ ਮੰਤਰੀ ਹੋਣ ਤੋਂ ਬਾਅਦ ਉਹ ਕਿੱਦਾਂ ਵੱਧਦੀ ਆ ਬਿਲਕੁਲ 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 600% ਤੇ ਉਸ ਤੋਂ ਜ਼ਿਆਦਾ ਵੀ ਜਿਹੜਾ 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 ਇਲੈਕਸ਼ਨ ਦੇ ਸਮੇਂ ਦਿਖਾਉਂਦਾ ਮੇਰੇ ਕੋਲ 1 ਕਰੋੜ ਰੁਪਇਆ ਹੈ ਔਰ 10 ਸਾਲ ਬਾਅਦ ਉਹ ਦਿਖਾਉਂਦਾ ਮੇਰੇ ਕੋਲ 100 ਕਰੋੜ ਰੁਪਇਆ ਹੈ ਉਹ ਕਰੋੜ ਇੱਥੋਂ ਹੀ ਲੱਗਦਾ ਕਿ ਤੁਹਾਨੂੰ ਕਿੱਥੇ ਆਉਂਦੇ ਹੋਣ ਆਉਂਦੇ ਆ ਇਸ ਕਰਕੇ ਉਹ ਜਿਹੜੇ ਨਾ ਇਹ ਤੁਸੀਂ ਵੀਰ ਜੀ ਇਹ ਜਿਹੜੇ ਨਾ ਆਪਣੇ ਇੱਥੋਂ ਇਹਦੇ ਤੋਂ ਬਾਅਦ ਇਹ ਜਿਹੜੀ ਆਪਾਂ ਇਹਨਾਂ ਨੇ 50,000 ਬੋਰੀ ਸ਼ੋਅ ਕਰਕੇ ਉਹ ਤੋਂ ਬਾਅਦ ਜਿਹੜੀ 50 ਲੱਖ ਟਨ ਵੇਚਣੀ ਇਹਨਾਂ ਨੇ ਕਣਕ ਨਾ ਉਹ ਜਿਹੜੇ ਟਰੱਕਾਂ ਦੇ ਟਰੱਕ ਭਰ ਕੇ ਜਾਣੇ ਆ ਉਹ ਇਹਦੇ ਵਿੱਚੇ ਕਾਊਂਟ ਕਰਨੇ ਆ ਕਰੈਕਟ ਕਰੈਕਟ ਇਸ ਕਰਕੇ ਇਹ ਬਹੁਤ ਵੱਡੇ ਰੈਕਟ ਹੁੰਦੇ ਆ ਇਹ ਸਾਡੀ ਤੁਹਾਡੀ ਸਮਝ ਤੋਂ ਬਹੁਤ ਬਾਹਰ ਦੇ ਆ ਬਹੁਤ ਸਮਝਣ ਵਾਲੀ ਗੱਲ ਆ ਵੈਸੇ ਲੇਕਿਨ ਮੈਂ ਇੱਕ ਨਿੱਕੇ ਜਿਹੇ ਵਕਫੇ ਲਈ ਰੁਕ ਰਿਹਾ ਵਕਫੇ ਤੋਂ ਬਾਅਦ ਮੈਂ ਤੁਹਾਡੀ ਕਾਲਸ ਨੂੰ ਜ਼ਰੂਰ ਲਵਾਂਗਾ ਜਾਣਨ ਦੀ ਕੋਸ਼ਿਸ਼ ਕਰਾਂਗਾ ਇਸ ਮੁਤਲਕ ਤੁਸੀਂ ਕੀ ਕਹਿਣਾ ਚਾਹੁੰਦੇ ਹੋ